ਇੱਥੇ ਜਿਹੜਾ ਨਾ ਪਲਾਂਟਰ ਬੋਕਸ ਬਣਾਏ ਗਏ ਨੇ, ਇਹਨਾਂ ਨੂੰ ਵਿੱਚ ਬੂਟੇ ਲਾਉਣੇ ਨੇ। ਇਹ ਸਾਈਡ ਦਾ ਵੀ ਬਣਾਇਆ ਜਾਂਦਾ ਵਾ, ਉਹ ਮੈਸਨ ਲੱਗਾ ਵੇ ਪਲਾਂਟਰ ਬੋਕਸ ਬਣਾਉਣ ਵਾਸਤੇ, ਉੱਥੇ ਪੌਦੇ ਲਾਉਣੇ ਨੇ। ਅਤੇ ਇਹ ਵਿੱਚ ਲਾ ਦਿੱਤੇ ਨੇ ਕੁਝ ਬੋਗਨ ਵਿਲੀਆ ਦੇ, ਇਹਨਾਂ ਵਿੱਚ ਮਿੱਟੀ ਜਿਹੜੀ ਹੈ ਨਾ ਹੋਰ ਜ਼ਿਆਦਾ ਪਾ ਕੇ ਅਤੇ ਫਿਰ ਬਾਅਦ ਵਿੱਚ ਬੂਟੇ ਲਗਾਉਣੇ ਨੇ। ਅਸਲਾਮ ਅਲੈਕੁਮ, ਕੀ ਹਾਲ ਚਾਲ ਹੈ? ਠੀਕ ਠਾਕ, ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਬਹੁਤ ਅੱਛੀ ਲੱਗੇਗੀ। ਚੈਨਲ ਕੋ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਜ਼ਰੂਰ ਕੀਜੀਏ। ਅੱਜ ਕਾ ਵਲੌਗ ਹੈ, ਹਮ ਲੋਕ ਵਿਲਾ ਤਿਆਰ ਕਰ ਰਹੇ ਹੈ। ਇਹ ਦੇਖੇ ਇਹ ਪਲਾਂਟਰ ਬੋਕਸ ਬਣਾਏ ਹੈ ਹਮ ਲੋਗੋ ਨੇ, ਇਹ ਦੇਖੇ ਇਸਕੇ ਅੰਦਰ ਮਿੱਟੀ ਡਾਲ ਕੇ ਔਰ ਤੋ ਪਲਾਂਟ ਲਗਾਉਣੇ ਹੈ ਇਸਕੇ ਅੰਦਰ। ਇਹ ਦੇਖੇ ਇਹ ਕੁਛ ਬੋਗਨ ਵਿਲੀਆਂ ਲਗਾ ਦੀ ਹੋਈ ਹੈ, ਕਿਉਂਕਿ ਇਹ ਪੌਦਾ ਜੋ ਹੈ ਨਾ ਜਲਦੀ ਮਰ ਜਾਤਾ ਹੈ, ਤੋ ਇਸ ਲਈ ਇਸ ਕੋ ਲਗਾ ਦੀ ਹੈ। ਤੋ ਮਿੱਟੀ ਅਭੀ ਔਰ ਹਮ ਲੋਗੋ ਨੇ ਡਾਲਨੀ ਹੈ, ਅਭੀ ਥੋੜ੍ਹੀ ਡਾਲੀ ਹੈ। ਉਹ ਸਾਹਮਣੇ ਵੀ ਪਲਾਂਟਰ ਬੋਕਸ ਬਣਾ ਰਹੇ ਹੈ ਪੌਦੇ ਕੇ ਲੀਏ। ਇਹ ਇੱਕ ਲਗਾਇਆ ਹੋਇਆ ਲੇਕਿਨ, ਔਰ ਇਹ ਹੈ ਇੱਕ ਇਸਕੇ ਦੀਵਾਰ ਪਲਾਂਟਰ ਬੋਕਸ ਬਣਾ ਬਣਨਾ ਅਭੀ, ਔਰ ਇਹ ਜੋ ਪੌਦੇ ਪੜੇ ਹੋਏ ਹੈ ਉਹ ਇੱਧਰ ਲਗਾਉਣੇ ਹੈ, ਅਤੇ ਜੋ ਬਣੇ ਹੈ ਨਾ ਅਭੀ ਮਿੱਟੀ ਆਉਣੀ ਹੈ, ਅਤੇ ਬਾਅਦ ਜੋ ਹੈ ਨਾ ਲੱਗੇਗਾ। ਇਹ ਜਗ੍ਹਾ ਆਪ ਲੋਕ ਖਾਲੀ ਜਗ੍ਹਾ ਦੇਖ ਰਹੇ ਹੈ, ਇਸਕੇ ਉੱਪਰ ਬਾਅਦ ਮੈਂ ਗਰਾਸ ਲਗੇਗਾ, ਬਲੈਕ ਸੈਂਡ ਡਾਲਨੀ ਹੈ, ਤੋ ਬਾਅਦ ਮੈਂ ਉੱਪਰ ਆਰਟੀਫਿਸ਼ਲ ਗਰਾਸ ਲਗਾਉਣਾ ਹੈ ਹਮ ਲੋਗੋ ਨੇ। ਇਹ ਜੋ ਟਾਇਲੈਂਡ ਤੋੜੀ ਹੋਈ ਹੈ ਇਸ ਜਗ੍ਹਾ ਪੇ ਵੀ ਗਰਾਸ ਲੱਗਣਾ ਹੈ, ਕਿਉਂਕਿ ਪਹਿਲੇ ਇੱਧਰ ਟਾਇਲ ਲੱਗੀ ਹੋਈ ਸੀ, ਤੋ ਇਹ ਤੋਂ ਘਰ ਵਾਲਾ ਕਹਿ ਰਿਹਾ ਕਿ ਇਹ ਨਹੀਂ ਮੁਝੇ ਚਾਹੀਏ, ਇੱਧਰ ਵੀ ਗਰਾਸ ਲਗਾ ਦੇ। ਤੋ ਹਮ ਲੋਗੋ ਨੇ ਤੋੜ ਦੀ ਹੈ ਇਹ ਟਾਇਲ, ਇੱਧਰ ਵੀ ਗਰਾਸ ਲੱਗੇਗਾ। ਇਹ ਥੋੜ੍ਹੀ ਸੀ ਰਹਿਤੀ ਹੈ, ਇੱਧਰ ਉਹ ਕੰਕਰੀਟ ਬਣਾ ਰਹੇ ਹੈ ਥੋੜ੍ਹਾ, ਤਾਂ ਕਿ ਪਲਾਂਟਰ ਬੋਕਸ ਕੋ ਪਲੇਨ ਕਰਨੇ ਕੇ ਲੀਏ। ਇਹ ਕਚਰਾ ਸਾਰਾ ਨਿਕਾਲ ਕੇ ਹਮ ਲੋਗੋ ਨੇ ਇੱਧਰ ਰੱਖਾ ਹੋਇਆ ਹੈ, ਇਹ ਗਰਾਸ ਹੈ ਜੋ ਇੱਧਰ ਲੱਗਣਾ ਹੈ। ਇਹ ਦੂਸਰੇ ਵਿਲੇ ਸੇ ਹਮਨੇ ਨਿਕਾਲ ਕੇ ਲਾਇਆ ਥਾ, ਤੋ ਇਹ ਇੱਧਰ ਹੀ ਲੱਗੇਗਾ, ਕਿਉਂਕਿ ਇੱਧਰ ਲੱਗੇਗਾ। ਜਬ ਲੱਗੇਗਾ ਫਿਰ ਆਪ ਲੋਗੋ ਕੋ ਫਿਰ ਦੁਬਾਰਾ ਦਿਖਾਊਂਗਾ। ਤਬ ਤੱਕ ਦੀਜੀਏ ਇਜਾਜ਼ਤ। ਆਪ ਲੋਗੋ ਕੋ ਉਮੀਦ ਕਰਤਾ ਹੂੰ ਕਿ ਵੀਡੀਓ ਬਹੁਤ ਅੱਛੀ ਲੱਗੀ ਹੋਗੀ, ਚੈਨਲ ਕੋ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਜ਼ਰੂਰ ਕੀਜੀਏ। ਮਿਲਤੇ ਹਾਂ ਨੈਕਸਟ ਵਲੌਗ ਮੇਂ, ਔਰ ਤਬ ਆਪਕੋ ਇਹ ਗਾਰਡਨ ਬਹੁਤ ਅੱਛਾ ਔਰ ਖੂਬਸੂਰਤ ਲੱਗੇਗਾ। ਤਬ ਤੱਕ ਲੀਏ ਅੱਲਾਹ ਹਾਫਿਜ਼। ये देखें गार्डन बिल्कुल हम लोगों ने रेडी कर दिया है, ये देखें कितना खूबसूरत लग रहा है अभी। ये देखें पौधे भी लगा दिए हैं, प्लांटर बॉक्स भी बन चुका है, कितना खूबसूरत लग रहा है अभी। ये देखें हाँ नहीं है तू, ये देखे मेरा दोस्त जो है वो टाइलें साफ कर रहा है इधर। ये देखो ग्रास कितना अच्छा लग रहा है मेरे बाबू, इसकी शक्ल देखे, आपकी शक्ल लग रही है यार बाबू वाली।